ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਵੀਰ ਬਿੱਟੂ ਨਿਯਮ ਪਰ ਸਵਾਗਤ ਕਰਦਾ ਜੀ ਹੋਰ ਵੀਡੀਓ ਵਿੱਚ। ਦਰਸ਼ਕੋ, ਪਹਿਲਾਂ ਤਾਂ ਆਪਾਂ ਮਾਫ਼ੀ ਚਾਹੁੰਦੇ ਹਾਂ ਵੀਰੇ, ਆਪਾਂ ਨੇ 12-13 ਦਿਨਾਂ ਹੋ ਗਏ ਕੋਈ ਲੌਂਗ ਵੀਡੀਓ ਪਾਈ ਨਹੀਂ, ਸ਼ੋਰਟ ਤਾਂ ਪਾ ਦਿੰਦੇ ਸੀ। ਚਲੋ ਵੀਰੇ, ਆਪਾਂ ਵੀ ਝੋਨੇ ਦੇ ਵਿੱਚ ਚੜ੍ਹ ਜੇ ਹੋਏ ਦੀ, ਤੁਹਾਨੂੰ ਪਤਾ ਹੀ ਆ ਜ਼ਿਮੀਂਦਾਰ ਭਰਾ, ਆਪਾਂ ਵੀ ਜਿੰਨਾ ਕੁ ਬਾਪੂ ਨਾਲ ਕੰਮ ਕਰਾ ਹੁੰਦਾ ਕਰਾ ਦਿੰਦੇ ਹਾਂ। ਤੁਹਾਨੂੰ ਪਤਾ ਆਪਾਂ ਦਾ ਹਾਰਟ ਦੀ ਪ੍ਰੋਬਲਮ ਆ, ਲਾਉਣਾ ਬਲੋਗ ਨੇ, ਡਾਕਟਰਾਂ ਦਾ ਬੰਦ ਕਰਿਆ ਹੋਇਆ ਕੰਮ, ਚੱਲ ਜਿੰਨਾ ਕੁ ਹੁੰਦਾ ਉਹਨਾਂ ਕਰੀ ਜਾਂਦੇ ਹਾਂ। ਧੱਕਾ ਸਟਾਰਟ ਆ ਆਪਾਂ ਵੀ ਜਿਵੇਂ ਸਾਡਾ ਪਹਿਲਾਂ ਟਰੈਕਟਰ ਦੀ, ਅਤੇ ਹੁਣ ਆਪਾਂ ਲਗਾਤਾਰ ਵੀਡੀਓ ਪਾਇਆ ਕਰਾਂਗੇ, ਨਾਲੇ ਜਿੱਦਾਂ ਤੁਹਾਨੂੰ ਵੀਡੀਓ ਦੇਖਣੀ ਤੁਸੀਂ ਪਸੰਦ ਕਰਦੇ ਹੋ ਆਪਾਂ ਨੂੰ ਕਮੈਂਟ ਕਰ ਦਿਆ ਕਰੋ, ਆਪਾਂ ਉੱਦਾਂ ਦੀ ਵੀਡੀਓ ਪਾਇਆ ਕਰਾਂਗੇ। ਅਤੇ ਕਈ ਵੀਰਾਂ ਦੇ ਫੋਨ ਆਇਆ, ਕਮੈਂਟ ਵੀ ਆਇਆ, ਕਹਿੰਦੇ ਵੀ ਤੂੰ ਹੋਰਾਂ ਦੀ ਤਾਂ ਜਾ ਜਾ ਵੀਡੀਓ ਬਣਾਉਣਾ, ਕਦੇ ਆਪਦੇ ਟਰੈਕਟਰ ਦੀ ਵੀ ਦਿਖਾ, ਤੇਰੇ ਕੋਲ ਕਿਹੜਾ ਰੱਖਿਆ। ਅਤੇ ਆਪਣੇ ਕੋਲ ਰੱਖਿਆ ਵੀਰੇ ਮਹਿੰਦਰਾ 475 DI, ਸਾਡੇ ਬਾਪੂ ਨੂੰ ਇਹੀ ਪਸੰਦ ਆ, ਜ਼ਿਆਦਾਤਰ ਬਾਪੂ ਇਹ ਚਲਾਉਂਦਾ, ਮੈਂ ਤਾਂ ਘੱਟੇ ਚਲਾਉਂਦਾ, ਉਹ ਉਤਰਦਾ ਹੀ ਨਹੀਂ ਹੈਗਾ ਹਫ਼ਤਾ, ਉਹਨੂੰ ਟਰੈਕਟਰ ਦਾ ਸੌਂਕ ਹੀ ਬਹੁਤ ਆ ਡੈਡੀ ਨੂੰ। ਅਤੇ ਪਹਿਲਾਂ ਵੀ ਆਪਾਂ ਐਂਟਰੇ ਚਲਾਇਆ, 1981 ਮਾਡਲ ਲਿਆ ਸੀ, 81 ਦੇ ਵਿੱਚ ਨਗਦ ਕਢਾਇਆ ਸੀ, ਨਾਲੇ ਪਿੰਡ ਦੇ ਵਿੱਚ ਸਾਰਿਆਂ ਨਾਲ ਪਹਿਲਾਂ ਆਪਾਂ ਐਂਟਰ ਲਿਆਉਂਦਾ ਸੀ, ਅਤੇ ਉਹ ਹੀਟਰ ਵਾਲਾ ਜਿਹੜਾ ਹੁੰਦਾ ਸੀ ਪਹਿਲਾਂ, ਧੱਕਾ ਸਟਾਰਟ। ਨਾਲੇ ਕਮੈਂਟ ਕਰਕੇ ਦੱਸਿਓ ਕਿਹਨਾਂ ਕਿਹਨਾਂ ਨੇ ਉਹ ਟਰੈਕਟਰ ਚਲਾਇਆ, ਕਿਹਦੇ ਕਿਹਦੇ ਕੋਲ ਰੱਖਿਆ ਸੀ, ਕਿਉਂਕਿ ਪਹਿਲਾਂ ਤਾਂ ਜ਼ਿਆਦਾਤਰ ਐਂਟਰੇ ਹੁੰਦੇ ਸੀ, ਧੱਕਾ ਸਟਾਰਟ ਜਾਂ ਫੋੜ ਹੁੰਦੇ ਸੀ, ਹੋਰ ਟਰੈਕਟਰਾਂ ਦੀ ਚੜ੍ਹਾਈ ਸੀ। ਅਤੇ ਉਹ ਆਪਾਂ ਵੇਚਤਾ ਸੀ, ਵਿਕ ਉਦੋਂ ਦੇਖ ਲਾ 60,000 ਤੋਂ ਮਹਿੰਗਾ ਗਿਆ ਸੀ ਉਹ। ਅਤੇ ਹੁਣ ਅੱਜ ਆਪਾਂ ਤੁਹਾਨੂੰ ਆਹ ਟਰੈਕਟਰ ਦਿਖਾਵਾਂਗੇ ਵੀ ਕੀ ਇਹਦੇ ਵਿੱਚ ਮੋਡੀਫਿਕੇਸ਼ਨ ਕਰਾਈ ਆ ਥੋੜ੍ਹੀ ਬਹੁਤੀ, ਕੀ ਇਹਦੇ ਫਾਇਦੇ ਨੇ ਰੱਖਣ ਦੇ ਵੀ ਆਪਾਂ ਵੇਚ ਦੇਗਾ ਕਾਸਤੇ ਨੂੰ ਹੈਗੇ ਨਾ। ਅਤੇ ਇੱਕ ਦੋ ਵਾਰ ਮੇਰੀ ਤਾਂ ਭਾਵਨਾ ਬਣੀਆਂ ਵੀ ਲੈ ਲਈਏ, ਪਰ ਬਾਪੂ ਕਹਿੰਦਾ ਵੇਚਣਾ ਹੀ ਆ, ਉਹਦਾ ਫੈਨ ਹੀ ਹੈ ਇਹਦਾ ਉਹ। ਬਾਕੀ ਜਿਹੜੇ ਮਹਿੰਦਰੇ ਦੇ ਫੈਨ ਨੇ ਉਹ ਆਪਣੀ ਵੀਡੀਓ ਨੂੰ ਕਮੈਂਟ 'ਤੇ ਸ਼ੇਅਰ ਜ਼ਰੂਰ ਕਰਨਗੇ, ਅਤੇ ਬਾਕੀ ਵੀ ਵੀਰੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਜੇ ਫੇਸਬੁੱਕ 'ਤੇ ਤਾਂ ਬਿੱਟੂ ਨਿਯਮ ਪਰ ਪੇਜ ਨੂੰ ਫੋਲੋ ਕਰਿਓ। ਆਓ ਵੱਧਦੇ ਹਾਂ ਵੀਡੀਓ ਵੱਲ, ਦਿਖਾਉਂਦੇ ਤੁਹਾਨੂੰ ਟਰੈਕਟਰ, ਅਤੇ ਕੱਲ੍ਹ ਪਰਸੋਂ ਤੋਂ ਬਾਅਦ ਫਿਰ ਆਪਾਂ ਨਵੇਂ ਨਵੇਂ ਵੀਡੀਓ ਪਾਇਆ ਕਰਾਂਗੇ। ਅੱਜ ਤੁਹਾਨੂੰ ਆਪਣੇ ਆਹ ਟਰੈਕਟਰ ਦਿਖਾ ਦਈਏ, ਆ ਜਾਓ ਕਰਾਂ ਫਿਰ। ਹਾਂਜੀ ਦੋਸਤੋ, ਉਹ ਖੜਾ ਟਰੈਕਟਰ ਤੁਹਾਡੇ ਸਾਹਮਣੇ, ਸਾਰਾ ਓਰਿਜਨਲ ਟਰੈਕਟਰ ਆ ਇਹ, 1999 ਮਾਡਲ ਆ ਇਹ, ਆਪਾਂ ਵੀ ਸੈਕਿੰਡ ਹੈਂਡ ਲਿਆ ਸੀ, ਆਹ ਦੇਖ ਸਕਦੇ ਹੋ, ਪਰ ਕੱਦੂ ਨਾਲ ਅਜੇ ਧਵਾਇਆ ਨਹੀਂ ਹੈਗਾ ਆਪਾਂ ਨੇ। ਚੱਲ ਹੁਣ ਵੀਡੀਓ ਤਾਂ ਪਾਉਣੀ ਸੀ, ਕਿਉਂਕਿ ਕਈ ਦਿਨਾਂ ਦੇ ਆਪਾਂ ਤੁਹਾਡੇ ਨਾਲ ਜੁੜੇ ਨਹੀਂ ਸੀ, ਅਤੇ ਸੋਚਿਆ ਆਪਾਂ ਆਪਣੇ ਵੀ ਪਾਈਏ, ਅਤੇ ਕੋਈ ਮੋਡੀਫਿਕੇਸ਼ਨਾਂ ਤਾਂ ਆਪਣੀਆਂ ਜ਼ਿਆਦਾ ਵਿੱਚ ਕਰਾਈਆਂ ਨਹੀਂ, ਨਾਲ ਦਾ ਹੀ ਇੰਜਣ ਆ, ਨਾਲ ਦਾ ਹੀ ਪੰਪ ਆ, ਆਹ ਦੇਖ ਸਕਦੇ ਹੋ ਤੁਸੀਂ, ਅਤੇ ਉੱਦਾਂ ਵੀ ਸਾਡਾ ਸਾਂਭ ਕੇ ਰੱਖ ਸੰਭਾਲ ਕੇ, ਰੰਗ ਪੱਖੋਂ ਵੀ ਦੇਖ ਸਕਦੇ ਹੋ। ਚਲੋ ਕਿੰਨੇ 23 ਸਾਲ ਹੋ ਗਏ, 24 ਸਾਲ ਟਰੈਕਟਰ ਨੂੰ, ਐਂ ਨਵਿਆਂ ਵਰਗਾ ਪਿਆ, ਇੱਕ ਮਰਗਿਆਟ ਨੇ ਇਹਦੇ ਪੈਣ ਵਾਲੇ, ਇਹ ਨਵੇਂ ਲਿਆ ਕੇ ਜ਼ਰੂਰ ਪਾ ਦੇਣੇ ਨੇ, ਇਹ ਥੋੜ੍ਹੇ ਜਿਹੇ ਜ਼ਰੂਰ ਗਲ ਗਏ। ਬਾਕੀ ਸੀਟ ਸੂਟ ਵੀ ਦੇਖ ਲਓ ਨਾਲ ਦੀ ਵਧੀਆ, ਆ ਮੀਟਰ ਵਗੈਰਾ ਉਸ ਟਾਈਮ ਇੱਦਾਂ ਦੇ ਆਉਂਦੇ ਸੀ, 99 ਮਾਡਲ ਨੇ ਬਾਈ। ਇਹਦੇ ਫਾਇਦੇ ਬਹੁਤ ਨੇ ਟਰੈਕਟਰ ਦੇ ਰੱਖਣ ਦੇ, ਕਟਾਈ ਕਟੂਈ ਟਰੈਕਟਰ ਦੀ ਪੂਰੀ ਆ, ਪਹਿਲਾਂ ਆਲੂ ਉਲੂ ਵੀ ਅਸੀਂ ਬੀਜਦੇ ਰਹੇ ਹਾਂ, ਕਰਦੇ ਹੁੰਦੇ ਸੀ, ਚੱਲ ਮੈਂ ਤਾਂ ਬਾਹਰੇ ਸੀ ਉਸ ਟਾਈਮ, ਜਦ 2006 ਤੋਂ ਲੈ ਕੇ 12 ਤੱਕ ਕਰਿਆ ਆਲੂ ਉਲੂ ਦਾ ਕੰਮ, ਸਿਰਫ ਦੋਏ ਟਰੈਕਟਰ ਹੁੰਦੇ ਸੀ, ਇੱਕ ਮਹਿੰਦਰਾ ਪਹਿਲਾਂ ਐਂਟਰ ਹੁੰਦਾ ਸੀ, ਅਤੇ ਇੱਕ ਮਹਿੰਦਰਾ 265 ਹੁੰਦਾ ਸੀ ਮੇਰੇ ਵੀਰੇ ਕੋਲ, ਤਾਏ ਦੇ ਮੁੰਡੇ ਕੋਲ, ਅਤੇ ਫਿਰ ਐਂਟਰ ਵੇਚ ਕੇ ਆਹ ਲੈ ਲਿਆ ਸੀ 475। ਪਹਿਲਾਂ ਉਹਨਾਂ ਦੋਨਾਂ ਟਰੈਕਟਰਾਂ ਨਾਲੇ 60-65 ਕਿੱਲਿਆਂ ਦੀ ਖੇਤੀ ਕਰਦੇ ਰਹੇ ਆ, ਸਬਜ਼ੀਆਂ ਵੀ ਲਾਉਂਦੇ ਸੀ, ਆਲੂ ਵੀ ਲਾਉਂਦੇ ਸੀ, ਅਤੇ ਹੁਣ ਅਗਲਾ ਕਹਿੰਦਾ ਬੜੇ ਬੜੇ ਟਰੈਕਟਰ ਚਾਹੀਦੇ ਆ, ਜਦ ਇਹਨਾਂ ਨਾਲੇ ਖੇਤੀ ਹੋਈ ਜਾਂਦੀ ਸੀ। ਚਲੋ ਸੰਦ ਵੀ ਨਹੀਂ ਸੀ ਬੜੇ ਬੜੇ, ਹੁਣ ਸੰਦ ਵੀ ਆ ਗਏ, ਟਾਈਮ ਦੇ ਨਾਲ ਬਦਲਣਾ ਵੀ ਪੈਂਦਾ, ਯਾਨੀ ਇਹ ਟਰੈਕਟਰ ਤੇਲ ਪੱਖੋਂ ਬਹੁਤ ਵਧੀਆ ਵੀਰੇ। ਆਹ ਸਾਰਾ ਕੱਦੂ ਕਰਤਾ, ਸਿਰਫ 10 ਕਿੱਲਿਆਂ ਦਾ, 2 ਟੈਂਕੀਆਂ ਤੇਲ ਦੀਆਂ ਲੱਗੀਆਂ ਹੋਣਗੀਆਂ, ਅਤੇ ਇੱਧਰੋਂ ਵੀ ਤੁਸੀਂ ਦੇਖ ਲਓ। ਅਤੇ ਹਾਂ, ਇੱਕ ਇਹਦਾ ਆਪਾਂ ਨੇ ਆਹ
ਪੰਪ ਜ਼ਰੂਰ ਨਵਾਂ ਪਵਾਤਾ ਸੀ, ਵੱਡਾ ਪਵਾਤਾ ਸੀ ਇਹ। ਇਹਦੇ ਨਾਲ ਲਿਫਟ ਦੀ ਸਮਤਾ ਵੀ ਵੱਧ ਗਈ, 2 ਕੁਇੰਟਲ ਜ਼ਿਆਦਾ ਚੱਕ ਦਿੰਦੀ ਆ, ਅਤੇ ਕੋਈ ਆਪਣਾ ਟਰੈਕਟਰ ਕਿਸੇ ਪਾਸਿਓਂ ਗਲਿਆ ਨਹੀਂ ਹੋਇਆ। ਬੈਟਰੀ ਬੂਟਰੀ ਦੇ ਬਕਸ ਐਨ ਬਾਪੂ ਸਾਂਭ ਕੇ ਰੱਖਦਾ, ਕਟਾਈ ਪੂਈਆ ਦੇ ਲਾਈ 'ਤੇ ਵੀ ਲਿਫਾਫੇ ਬੰਨਤੇ ਪਹਿਲਾਂ ਵੀ, ਫਿਰ ਮਿੱਟੀ ਪੈ ਜਾਂਦੀ ਆ। ਉਹ ਜਦ ਕਢਾਉਂਦੀ ਟੈਕਨੋਲੋਜੀ ਦੀ, ਅੱਜ ਤੋਂ 23-24 ਸਾਲ ਪੁਰਾਣੀਆਂ ਗੱਲਾਂ ਨੇ, ਅਤੇ ਵਧੀਆ ਗੇਅਰ ਪੈਂਦੇ ਨੇ ਇਹਦੇ, ਯਾਨੀ ਐਂ ਆ ਵੀ ਜੇ ਉਹਨਾਂ ਵਾਂਗੂ ਤਾਂ ਨਹੀਂ ਪੈਂਦੇ ਜਿਵੇਂ ਹੁਣ ਵਾਲੇ ਟਰੈਕਟਰ ਆ, ਵੀ ਜਿਵੇਂ ਆਪਾਂ ਤੀਜੇ ਤੋਂ ਚੌਥਾ ਕਰਨਾ ਉੱਕਣ ਦਾ ਪਈ ਜਾਂਦੇ ਆ, ਜਿਵੇਂ ਚੌਥੇ ਤੋਂ ਫਿਰ ਦੂਜਾ ਕਰਨਾ ਫਿਰ ਤਾਂ ਖੜਾ ਕੇ ਪੈਂਦੇ ਆ। ਆਹ ਦੇਖ ਸਕਦੇ ਹੋ ਤੁਸੀਂ ਸਾਰਾ ਰਿਜਨਲ, ਹਜੇ ਤੱਕ ਚਾਬੀ ਨਹੀਂ ਲੱਗੀ ਹੈਗੀ ਟਰੈਕਟਰ ਨੂੰ, ਕਹਿ ਦਈਏ ਆਪਾਂ ਸਰਵਿਸ ਆਪਾਂ ਟਾਈਮ 'ਤੇ ਕਰਾਉਂਦੇ ਹਾਂ ਇਹਦੀ, ਐਨ ਬਿਲਕੁਲ ਓਰਿਜਨਲ ਟਰੈਕਟਰ ਆ। ਅਤੇ ਇੱਕ ਲਾਈਟਾਂ ਜ਼ਰੂਰ ਪਵਾ ਦੀਆਂ ਜੀ ਆਪਾਂ ਇਹਦੀਆਂ, ਉਹਨਾਂ ਦਾ ਚਾਨਣਾ ਘੱਟ ਦੀ ਪਹਿਲਾਂ ਨਹੀਂ ਇਹਦਾ, ਇਹਨਾਂ ਦਾ ਫੁੱਲ ਚਾਨਣਾ। ਇਹ ਟਰੱਕ ਵਾਲੀਆਂ ਲਾਈਟਾਂ ਪਵਾ ਦੀਆਂ ਜੀ ਆਪਾਂ ਤੁਹਾਨੂੰ ਦੱਸ ਦਈਏ, ਬੜੀਆਂ ਟਰੱਕਾਂ ਦੇ ਵਿੱਚ ਥੱਲੇ ਲੱਗੀਆਂ ਹੁੰਦੀਆਂ ਨੇ, ਅਤੇ ਇਹਨਾਂ ਦਾ ਚਾਨਣ ਯਾਨੀ ਫੁੱਲ ਜ਼ਿਆਦੇ ਆ, ਨਾਲੇ 3-4 ਮੂੜ ਆ, ਅਤੇ ਬਾਕੀ ਟਰੈਕਟਰ ਦੀ ਜਿਹੜੀ ਬੈਰਿੰਗ ਤੀ ਉਹ ਸਾਰੀ ਨਵੀਂ ਪਵਾ ਤੀ ਜੀ ਆਪਾਂ ਨੇ, ਮਗਲੇ ਟਾਇਰ ਨਵੇਂ ਨੇ, ਅਤੇ ਮੂਹਰਲੇ ਜੋੜਾ ਹੁਣ ਲੱਗਣ ਵਾਲਾ, ਇਹ ਲਵਾ ਦੇਣਾ। ਮੰਨ ਲਾ ਜੇ ਦੇਣਗੇ ਇਸ ਕੰਮ ਚਾਲਕ ਤਾਂ ਇਹ ਚਾਲਕ ਬਾਅਦ ਲਵਾ ਲਾਂਗੇ। ਆਹ ਦੇਖ ਲਓ, ਆਹ ਮਗਰੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਯਾਨੀ ਉਹ ਪੰਪ ਲਵਾਉਣ ਨਾਲ ਲਿਫਟ ਦੀ ਸਮਤਾ ਵੱਧ ਗਈ ਸੀ ਆਪਣਾ। ਆਹ ਡਿਸਟਰੀਬਿਊਟਰ ਵੀ ਲਵਾਇਆ ਹੋਇਆ ਮਗਰ, ਆਪਣੇ ਕੋਲ ਲਿਫਟ ਵਾਲੀ ਟਰਾਲੀ ਬਣਾਈ ਹੋਈ ਆ, ਜੇ ਕੋਈ ਡਿਸਟਰੀਬਿਊਟਰ ਦਾ ਨਾਲਾ ਕੰਮ ਕਰਨ ਉਹ ਵੀ ਆਪਣਾ ਯਾਨੀ ਕਰਾਇਆ ਹੋਇਆ ਆਪ। ਅਤੇ ਵਧੀਆ ਟਰੈਕਟਰ ਆ, ਨਾ ਚੱਕੇ ਚੁੱਕਾਂ 'ਚ ਉਹਦੇ ਸਾਡੇ ਵਾਲੇ 'ਚ ਤਾਂ ਆਵਾਜ਼ ਆਈ ਨਹੀਂ ਵੀਰੇ ਇੰਨੀ, ਜਿਵੇਂ ਕਹਿੰਦੇ ਵੀ ਚੱਕਿਆਂ 'ਚ ਆਵਾਜ਼ ਆਉਂਦੀ ਆ, ਗੂੰ ਗੂੰ ਕਰਦਾ। ਉਹ ਪਹਿਲਾਂ ਵਾਲਾ ਇੰਟਰ ਤਾਂ ਜ਼ਰੂਰ ਕਰਦਾ ਹੁੰਦਾ ਸੀ ਗੂੰ ਗੂੰ, ਅਤੇ ਇਹ ਨਹੀਂ ਕਰਦਾ। ਇੱਕ ਇਹਦੀਆਂ ਲਿੰਕਾਂ ਪੈਣੀਆਂ ਹੋ ਗਈਆਂ ਜ਼ਰੂਰ, ਆਹ ਲਿੰਕਾਂ ਆਪਾਂ ਨਵੀਆਂ ਪਾਉਣਾ, ਲਿੰਕਾਂ ਤਾਂ ਪੈਣੀਆਂ ਹੋ ਗਈਆਂ ਰੈਡੀ ਆ ਨਾ, ਘਸ ਗਈਆਂ ਲਿੰਕਾਂ ਪੈਣੀਆਂ ਨੇ, ਇੱਕ ਮਰਗਿਆੜ ਪੈਣ ਵਾਲੇ ਨੇ, ਇਹ ਆਪਾਂ ਪਵਾ ਦੇਣੇ ਆ। ਅਤੇ ਇਹੀ ਟਰੈਕਟਰ ਆ, ਆਹ ਮੇਰਾ ਡੈਡੀ ਆ ਬਾਪੂ, ਬਾਪੂ ਕਹਿੰਦਾ ਮਹਿੰਦਰਾ ਹੀ ਆਪਾਂ ਨੂੰ ਤਾਂ ਪਸੰਦ ਆ, ਆਪਾਂ ਤਾਂ ਇਹੀ ਚਲਾਉਣਾ, ਇਹੀ ਪਸੰਦ ਆ, ਇਹੀ ਪਸੰਦ ਆ। ਪਹਿਲਾਂ ਉਦੋਂ ਡੈਡੀ ਨੇ ਇੰਟਰ ਚਲਾਇਆ, ਫਿਰ ਇਹ ਚਲਾਇਆ, ਚਲਾਉਂਦਾ ਵੀ ਡੈਡੀ ਆਪ ਆ ਮੇਰਾ, 45 ਸਾਲ ਹੋ ਗਏ ਕਹਿੰਦਾ ਮਹਿੰਦਰਾ ਹੀ ਚਲਾਇਆ, 81 'ਚ 80 'ਚ ਲਿਆ ਸੀ, 81 'ਚ 80 ਚੱਲ 80 'ਚ ਲਿਆਊ ਜਾਂ 81 'ਚ ਲਿਆਊ, ਇੱਕੇ ਗੱਲ ਆ, ਇੱਕ ਸਾਲ ਨਾਲ ਕੀ ਹੁੰਦਾ। ਉਹ ਫਿਰ 2003-04 'ਚ ਵੇਚਿਆ ਨਾ, ਦੇਖ ਲਓ ਬਾਕੀ ਸਾਰਾ ਰਿਜਨਲ ਟਰੈਕਟਰ ਆ ਵੀਰੇ, ਤਾਂ ਤੇਲ ਦਾ ਖਰਚਾ ਜਮਾਂ ਹੀ ਨਹੀਂ ਹੈਗਾ, ਬੜਾ ਨਜ਼ਾਰਾ, ਤਾਂ ਹੀ ਆਪਾਂ ਇਹਨੂੰ ਵੇਚਦੇ ਨਹੀਂ ਹੈਗੇ, ਕਿਉਂਕਿ ਨਾ ਇਹਨੂੰ ਚਾਬੀ ਲੱਗੀ ਆ, ਅਤੇ ਤੇਲ ਤਾਂ ਮੰਨ ਲਓ ਸੁੰਘਦਾ ਹੀ ਆ, ਜਿਹਦੇ ਕੋਲ ਹੈਗਾ ਉਹਨੂੰ ਇਹ ਪਤਾ ਵੀ ਕਿੰਨੇ ਨਜ਼ਾਰਾ, 11 ਹਾਲ ਖਿੱਚਦਾ। ਆਪਣੇ ਤਾਂ ਚਲੋ 9 ਪਾਏ ਹੋਏ ਨੇ ਮਗਰ, ਅਤੇ ਆਪਣੇ ਕੋਲ ਆਪਾਂ ਨਵੇਂ ਲਏ ਨਹੀਂ ਹੈਗੇ, ਪਹਿਲਾਂ ਟਰੈਕਟਰ ਦੇ ਮਗਰ 9 ਹੁੰਦੇ ਸੀ, 11 ਹਲ ਖਿੱਚਦਾ ਇਹ, 44 ਪਾਵਰ ਦਾ ਟਰੈਕਟਰ ਆ, 39 ਇਹਦੀ PTO ਪਾਵਰ ਆ, ਅਤੇ ਦੋਨੇ ਪਾਸਿਓਂ ਦਿਖਾਤਾ। ਹੋਰ ਕੋਈ ਮੋਡੀਫਿਕੇਸ਼ਨ ਨਹੀਂ ਕਰਾਈ ਹੋਈ ਹੈਗੀ, ਇੱਕ ਬੈਰਿੰਗ ਜ਼ਰੂਰ ਪਵਾਈ ਆ, ਲਾਈਟਾਂ ਨਵੀਆਂ ਪਵਾਈਆਂ ਨੇ, ਅਤੇ ਜਾਂ ਆਪਣੇ ਆਹ ਪੰਪ ਲਵਾਇਆ ਸੀ ਲਿਫਟ ਵਾਲਾ, ਉਹ ਵੱਡੀ ਕਰਾਤੀ, ਅਤੇ ਇੱਕੋ ਡਿਸਟਰੀਬਿਊਟਰ ਲਵਾਇਆ ਹੋਇਆ ਆਪਣਾ, ਉਹ ਬਾਅਦ ਵਿੱਚ ਲਵਾਇਆ ਆਪਣੇ ਕੋਲ ਲਿਫਟ ਵਾਲੀ ਟਰਾਲੀ ਦੀ ਚੱਕਣ ਵਾਸਤੇ, ਮਗਰੋਂ ਤੁਹਾਨੂੰ ਦਿਖਾਇਆ ਵੀ ਆ। ਆਹ ਲਿਫਟ ਦੇ ਲੀਵਰ ਲੂਵਰ ਸਾਰੇ ਵਧੀਆ ਕੰਮ ਕਰਦੇ ਆ, ਗੇਅਰ ਗੂਰ ਵੀ ਐਨ ਰੈਲੇ ਪੂਰੇ ਪੈਂਦੇ ਆ, ਮਲਾਈ ਵਾਂਗੂ, ਕੋਈ ਉਹ ਨਹੀਂ ਹੈਗਾ, ਇਸੂ ਆਇਆ ਸਾਨੂੰ ਤਾਂ ਅੱਜ ਤੱਕ ਇਹਦੇ ਵਿੱਚ ਟਰੈਕਟਰ ਦੇ ਵਿੱਚ, ਮੈਂ ਵੀ ਚਲਾਉਂਦਾ ਰਹਿੰਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜੇ ਕਹਿੰਦੇ ਨੇ ਵੀ ਛੋਟਾ ਟਰੈਕਟਰ ਕੰਮ ਨਹੀਂ ਦੇ ਸਕਦਾ ਜੀ, ਕੰਮ ਨਹੀਂ ਦੇ ਸਕਦਾ,
ਇਹ ਤਾਂ ਵੀਰੇ ਉਹੀ ਨੇ, ਇੱਕ ਆਪਣੇ ਲੋਕ ਦੇਖੋ ਦੇਖ ਜ਼ਰੂਰ ਲਈ ਜਾਂਦੇ ਨੇ, ਬੜੇ ਲੈ ਲਓ, ਜੇ ਤੁਹਾਡੇ ਕੋਲ ਕੰਮ ਆ ਫਿਰ ਜ਼ਰੂਰ ਲਓ, ਨਹੀਂ ਜੇ ਆਹ ਟਰੈਕਟਰ ਬੜਾ ਇੱਕ ਨਾਲ ਰੱਖਣ ਨੂੰ ਜਿਹਦੇ ਕੋਲ ਵੱਧ ਕੰਮ ਆ, ਆਹ ਜਾਨੀ ਟਰੈਕਟਰ ਬਹੁਤ ਵਧੀਆ। ਜੇ ਕਿਸੇ ਨੇ ਲੈਣਾ ਅਗਲੇ ਕੋਲ ਬੜਾ, ਅਗਲੇ ਛੋਟਾ ਕੰਮ ਕਰਨ ਨੂੰ ਲੈਣਾ, ਆਲੂ ਆਲੂ ਪੱਟਣ ਨੂੰ ਲੈਣਾ, ਅਤੇ ਮਹਿੰਦਰਾ 475 ਬਹੁਤ ਵਧੀਆ, ਵੱਡੇ ਦਾ ਵੱਡਾ ਛੋਟੇ ਦਾ ਛੋਟਾ, ਇਹ 11 ਆਲ ਖਿੱਚਦਾ ਅਤੇ 7 ਫੁੱਟਾ ਰੂਟਾਵੀਟਰ ਵੀ ਖਿੱਚ ਲੈਂਦਾ, ਅਤੇ ਸਵਾਗਾ ਦਾ ਚਲੋ ਜਿੱਡਾ ਕੁ ਹੁੰਦਾ ਆਪਾਂ ਉੱਡਾ ਕੇ ਪਾਉਂਦੇ ਹਾਂ, ਅਤੇ ਹੋਰ ਤਵੀਆਂ ਵਗੈਰਾ 14 ਤਵੀਆਂ ਨੇ ਆਪਣੇ ਕੋਲ, ਉਹ ਵਧੀਆ ਖਿੱਚਦਾ, ਪਹਿਲਾਂ ਤੋਂ 14 ਦੀ ਬਣਾਈਆਂ ਹੋਈਆਂ ਐਂਟਰ ਦੀਆਂ ਹੀ ਉਹਦੀਆਂ, ਆਪਾਂ ਵੱਡੀਆਂ ਕਰਾਈਆਂ ਨਹੀਂ, ਹਾਲੀ 16 ਕਰਾ ਲਈਆਂ ਤੀ, ਹੁਣ ਮਾਤਾ ਵੀ ਚਲਾਈਆਂ ਨਹੀਂ, ਡੈਡੀ ਉਹ ਚਲਾਉਂਦਾ ਹੁੰਦਾ, ਉਹ ਪਤਾ 16 ਨੇ ਤਵੀਆਂ ਡੈਡੀ ਆਪਣੇ, ਉਹ ਗਿਆ ਡੈਡੀ ਪਰ। ਅਤੇ ਬਸ ਇੰਨੀ ਕਿ ਵੀਰੇ ਵੀਡੀਓ ਆ, ਹੋਰ ਤਾਂ ਆਪਾਂ ਜ਼ਿਆਦਾ ਕੀ ਗੱਲਾਂ ਕਰੀਏ ਜੀ ਇਹਦੇ ਬਾਰੇ, ਅਤੇ ਹੁਣ ਤੁਸੀਂ ਆਪਾਂ ਨੂੰ ਜਿਹੋ ਜਿਹੀ ਵੀਡੀਓ ਦੇਖਣੀ ਪਸੰਦ ਕਰਦੇ ਹੋ ਉਹੋ ਜਿਹੀ ਵੀਡੀਓ ਆਪਾਂ ਪਾਇਆ ਕਰਾਂਗੇ। ਤੁਸੀਂ ਕਿਹੜੇ ਟਰੈਕਟਰ ਦੀ ਵੀਡੀਓ ਦੇਖਣੀ ਪਸੰਦ ਕਰਦੇ ਹੋ, ਮੋਡੀਫਾਈ ਦੀ ਕਰਦੇ ਹੋ ਜਾਂ ਟਾਇਰਾਂ ਦੀਆਂ ਕਰਦੇ ਹੋ, ਟਰੈਕਟਰਾਂ ਦੀਆਂ ਆਪਾਂ ਪਾਵਾਂਗੇ ਹੁਣ ਆਪਾਂ ਉਹਦੀ ਸਮਰਾਲੇ ਵਾਲੇ ਟਾਇਰਾਂ ਦੀ ਵੀਰ ਦੀ ਹੇਮ ਦੀ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਜਲਦੀ, ਨਾਲੇ ਸੈਕਿੰਡ ਹੈਂਡ ਟਰੈਕਟਰਾਂ ਦੀ ਗੱਲ ਆਪਣੇ ਪਨੀਤ ਵੀਰੇ ਦੀ ਦਰਾਹੇ ਵਾਲੇ ਦੀ ਉਹਦੀ ਵੀਡੀਓ ਬਣਾ ਕੇ ਲਿਆਉਣੀ ਆ ਪਰਸੋਂ ਨੂੰ ਆਪਾਂ ਨੇ, ਉਹ ਜਲਦੀ ਪਾਵਾਂਗੇ। ਤਾਂ ਇੱਧਰ ਝੋਨਾ ਲੱਗਿਆ ਖੜਾ ਆਪਣਾ, ਲਾਈਟ ਆਉਂਦੀ ਨਹੀਂ, 2 ਦਿਨ ਹੋ ਗਏ, ਗਰਮੀ ਬਹੁਤ ਪੈਂਦੀ ਆ, ਮੈਂ ਪਾਣੀ ਦੀਆਂ ਘੋੜੀਆਂ ਹੀ ਨੰਗੀਆਂ ਨੇ, ਜਨਰੇਟਰ ਜਨੂਟਰ ਲਾ ਕੇ ਭਰਿਆ ਜੀ ਇਹਦਾ, ਤਾਂ ਕੱਦੂ ਹੋਇਆ। ਅਤੇ ਚਲੋ ਹੋਰ ਜ਼ਿਆਦਾ ਗੱਲਾਂ ਕੀ ਕਰਨੀਆਂ ਨੇ, ਅਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ, ਅਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਅਤੇ ਚੈਨਲ ਆਪਣੇ ਨੂੰ ਕਰਨਾ ਸਬਸਕ੍ਰਾਈਬ, ਅਤੇ ਫੇਸਬੁੱਕ 'ਤੇ ਉਹਦਾ ਬਿਟੂ ਨੇ ਆਪਣੇ ਪੇਜ ਨੂੰ ਫਾਲੋ ਜ਼ਰੂਰ ਕਰਨਾ। ਧੰਨਵਾਦ।